ਸ਼ਕਾ ਸਾਰਿਆਂ ਨੂੰ ਕੈਫੇ ਪੰਜਾਬੀ ਦੇ ਵਿੱਚ ਤੁਹਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਲੋ ਜੀ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹੈ ਜਿਨ੍ਹਾਂ ਦੀ ਸੁਰੀਲੀ ਆਵਾਜ਼ ਨੇ ਨਾ ਸਾਰੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਤੇ ਤੁਸੀਂ ਲੌਂਗ ਲਾਚੀ ਗੀਤ ਤਾਂ ਜ਼ਰੂਰ ਸੁਣਿਆ ਹੋਣਾ ਹੈ ਜੀ ਹਾਂ ਇਹ ਇਹਨਾਂ ਨੇ ਹੀ ਗਾਇਆ ਤੇ ਆਓ ਮਿਲਦੇ ਹਾਂ ਮੰਨਤ ਨੂਰ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੈਫੇ ਪੰਜਾਬੀ ਦੇਖ ਰਹੇ ਸਾਰੇ ਸ਼ੋਤਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਤਾਂ ਲੌਂਗ ਲਾਚੀ ਆਪਾਂ ਤਾਂ ਉੱਥੇ ਹੀ ਸ਼ੁਰੂਆਤ ਕਰਨੀ ਹੈ ਕਿਉਂਕਿ ਉਹ ਗੀਤ ਨਾ ਇੰਨਾ ਚੱਲ ਗਿਆ ਕਿ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਇੱਕ ਦੀ ਜ਼ੁਬਾਨ ਤੇ ਉਹ ਗੀਤ ਹੈ ਤੇ ਸ਼ੋਅ ਦੀ ਸ਼ੁਰੂਆਤ ਤੋਂ ਪਹਿਲਾਂ ਉਹ ਗੀਤ ਹੋ ਜਾਵੇ ਵੇ ਤੂੰ ਲੌਂਗ ਵੇ ਮੈਂ ਲਾਚੀ ਤੇਰੇ ਪਿੱਛੇ ਆ ਗਵਾਚੀ ਤੇਰੇ ਇਸ਼ਕ ਨੇ ਮਾਰੀ ਕੁੜੀ ਕੱਚ ਦੀ ਕਵਾਰੀ ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਬਹੁਤ ਵਧੀਆ ਤੇ ਇਹ ਗੀਤ ਮਤਲਬ ਬਹੁਤ ਜ਼ਿਆਦਾ ਫੇਮਸ ਹੋ ਗਿਆ ਹੈ ਨਾ ਕਿ ਹਰ ਇੱਕ ਦੀ ਜ਼ੁਬਾਨ 'ਤੇ ਹੈ ਪਹਿਲਾਂ ਤਾਂ ਇਹ ਗੀਤ ਤੁਹਾਨੂੰ ਕਿਵੇਂ ਔਫਰ ਹੋਇਆ ਸੀ ਅਤੇ ਕਿਵੇਂ ਤੁਸੀਂ ਐਕਸੈਪਟ ਕੀਤਾ ਐਕਚੁਲੀ ਕਦੀ ਕਦੀ ਇਨਸਾਨ ਨੂੰ ਆਪਣਾ ਖੁਦ ਦਾ ਪਤਾ ਨਹੀਂ ਹੁੰਦਾ ਟਾਈਮ ਦਾ ਪਤਾ ਨਹੀਂ ਹੁੰਦਾ ਨਾ ਇਨਸਾਨ ਕੁਛ ਹੋਰ ਸੋਚ ਰਿਹਾ ਹੁੰਦਾ ਮਤਲਬ ਸੋਚਿਆ ਤਾਂ ਬੇਸਿਕਲੀ ਮੈਂ ਇਹੀ ਸੀ ਮੇਰਾ ਡ੍ਰੀਮ ਸੀ ਕਿ ਮੇਰਾ ਮੈਂ ਇੱਕ ਬਹੁਤ ਅੱਛੀ ਪਲੇਬੈਕ ਸਿੰਗਰ ਬਣਾ ਔਰ ਮੇਰੀ ਆਵਾਜ਼ ਐਜ਼ ਅ ਪਲੇਬੈਕ ਸਿੰਗਰ ਦੇ ਨਾਲ ਫੇਮਸ ਹੋਵੇ ਸੋ ਕਦੀ ਕਦੀ ਇੱਦਾਂ ਹੁੰਦਾ ਕਿ ਉਹ ਮਾਇੰਡ ਦੇ ਵਿੱਚ ਉਹ ਚੀਜ਼ ਚੱਲ ਜਾਂਦੀ ਕਿ ਜਦੋਂ ਹੋਏਗਾ ਦੇਖਿਆ ਜਾਏਗਾ ਬਹੁਤ ਸਾਰੀਆਂ ਐਫਰਟਸ ਕੀਤੀਆਂ ਬਟ ਕਦੀ ਕਦੀ ਇੱਦਾਂ ਹੁੰਦਾ ਕਿ ਸਡਨ ਕੋਈ ਚੀਜ਼ ਮਿਲ ਜਾਂਦੀ ਹੈ ਮੇਰੇ ਨਾਲ ਬਿਲਕੁਲ ਇੱਦਾਂ ਹੀ ਹੋਇਆ ਮੈਂ ਥੈਂਕਸ ਕਰਦੀ ਹਾਂ ਗੁਰਮੀਤ ਜੀ ਦਾ ਗੁਰਮੀਤ ਸਿੰਘ ਮਿਊਜ਼ਿਕ ਡਾਇਰੈਕਟਰ ਜਿਨ੍ਹਾਂ ਨੇ ਆਹ ਗਾਣਾ ਮੇਰੇ ਤੋਂ ਗਵਾਇਆ ਇਨਫੈਕਟ ਜਿੰਨੇ ਵੀ ਗਾਣੇ ਲੌਂਗ ਲਾਚੀ ਦੇ ਸਾਰੇ ਮੇਰੇ ਤੋਂ ਗਵਾਇਆ ਸੋ ਮੇਰੇ ਲਈ ਬਹੁਤ ਵੱਡੀ ਓਪਰਚੁਨਿਟੀ ਸੀ ਸੋ ਉਹ ਗਾਣਾ ਇੱਦਾਂ ਸੀ ਕਿ ਮੇਰੇ ਤੋਂ ਲਾਈਕ ਉਹਨਾਂ ਨੇ ਡੰਮੀ ਗਵਾਈ ਸੀ ਸੋ ਮੈਨੂੰ ਨਹੀਂ ਸੀ ਪਤਾ ਉਹ ਇਹ ਮੂਵੀ ਕਿਸੇ ਹੋਰ ਕੋਲ ਜਾ ਰਹੀ ਸੀ ਕਿਸੇ ਹੋਰ ਨੇ ਗਾਣਾ ਸੀ ਸੋ ਮੈਨੂੰ ਡੰਮੀ ਗਵਾਉਣ ਵਾਸਤੇ ਉਹਨਾਂ ਨੇ ਸਟੂਡੀਓ ਬੁਲਾਇਆ ਸੀ ਅਤੇ ਜਦੋਂ ਮੈਂ ਡੰਮੀ ਗਾਈ ਤਾਂ ਮੈਨੂੰ ਗੁਰਮੀਤ ਜੀ ਨੇ ਬੋਲਿਆ ਕਹਿੰਦੇ ਤੁਹਾਡੀ ਵੋਕਲ ਬਹੁਤ ਅੱਛੀ ਹੈ ਸੋ ਮੈਨੂੰ ਲੱਗਦਾ ਹੈ ਜਿੱਥੇ ਤੱਕ ਮੈਨੂੰ ਲੱਗ ਰਿਹਾ ਕਿ ਆਹੀ ਗਾਣਾ ਤੁਹਾਡਾ ਹੀ ਫਾਈਨਲ ਹੋਣ ਜਾ ਰਿਹਾ ਇਸ ਮੂਵੀ ਦੇ ਵਿੱਚ ਔਰ ਫਾਈਨਲ ਵੀ ਹੋਏਗਾ ਔਰ ਹਿੱਟ ਵੀ ਹੋਏਗਾ ਸੋ ਮੈਨੂੰ ਲੱਗਦਾ ਕਿ ਉਹਨਾਂ ਦੇ ਸ਼ਾਇਦ ਉਸ ਟਾਈਮ ਜ਼ੁਬਾਨ 'ਤੇ ਕਿਤੇ ਨਾ ਕਿਤੇ ਸਰਸਵਤੀ ਮਾਤਾ ਬੈਠੀ ਹੋਈ ਸੀ ਅਤੇ ਉਹ ਗੱਲ ਸੱਚੀ ਹੋ ਗਈ ਜੀ ਅਤੇ ਆਫਕੋਰਸ ਤੁਹਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੋਣੀ ਹੈ ਕਿ ਇੰਨਾ ਜ਼ਿਆਦਾ ਗਾਣਾ ਚੱਲ ਰਿਹਾ ਤੁਹਾਨੂੰ ਕਿੰਨੀ ਤਾਰੀਫ ਮਿਲ ਰਹੀ ਹੋਣੀ ਇਸ ਗਾਣੇ ਲਈ ਸੋ ਹਜੇ ਫੀਲਿੰਗ ਕਿੱਦਾਂ ਦੀ ਹੈ ਕਿ ਕਿਹੋ ਜਿਹੀ ਫੀਲਿੰਗ ਚੱਲ ਰਹੀ ਹੈ ਬਹੁਤ ਵਧੀਆ ਲੱਗਦਾ ਹੈ ਵਧੀਆ ਲੱਗਦਾ ਲੱਗਦਾ ਕਿ ਜੋ ਚੀਜ਼ ਇਨਸਾਨ ਨੇ ਸੋਚੀ ਹੋਵੇ ਨਾ ਐਕਚੁਲੀ ਅਤੇ ਉਹ ਇਨਸਾਨ ਨੂੰ ਜਦੋਂ ਮਿਲ ਜਾਂਦੀ ਹੈ ਤਾਂ ਓਬਵੀਅਸ ਜੀ ਗੱਲ ਹੈ ਕਿ ਬਹੁਤ ਖੁਸ਼ੀ ਹੁੰਦੀ ਹੈ ਜੀ ਅਤੇ ਮੈਨੂੰ ਲੱਗਦਾ ਕਿ ਬਹੁਤ ਇੱਕਦਮ ਕਾਫੀ ਲੰਬੇ ਟਾਈਮ ਤੋਂ ਮੈਂ ਐਫਰਟਸ ਕਰ ਰਹੀ ਸੀ ਅਤੇ ਸਡਨ ਉਹ ਚੀਜ਼ ਕਦੋਂ ਮਿਲ ਗਈ ਉਹ ਪਤਾ ਵੀ ਨਹੀਂ ਚੱਲਿਆ ਟਾਈਮ ਦਾ ਜੀ ਹੁਣ ਤੁਹਾਡੀ ਮਤਲਬ ਲਾਈਫ ਦੇ ਉੱਤੇ ਆਉਂਦੇ ਹਾਂ ਠੀਕ ਹੈ ਤੁਸੀਂ ਮਤਲਬ ਜੰਮੂ ਕਸ਼ਮੀਰ ਦੇ ਪ੍ਰੋਪਰ ਹੋ ਹੈ ਨਾ ਤੁਸੀਂ ਪਹਿਲਾਂ ਤਾਂ ਇਹੀ ਸਭ ਤੋਂ ਵੱਡਾ ਸਵਾਲ ਹੈ ਕਿ ਜੰਮੂ ਕਸ਼ਮੀਰ ਤੋਂ ਪੰਜਾਬ ਦਾ ਸਫ਼ਰ ਹੈ ਨਾ ਇਹ ਕਿਵੇਂ ਤੈਅ ਕੀਤਾ ਤੁਸੀਂ ਉੱਥੋਂ ਬੱਸ 'ਤੇ ਚੜ੍ਹ ਕੇ ਪਰ ਜੰਮੂ ਕਸ਼ਮੀਰ ਦੀ ਲੈਂਗੁਏਜ ਕੋਈ ਹੋਰ ਪੰਜਾਬੀ ਲੈਂਗੁਏਜ ਇੱਕਦਮ ਕਹਿੰਦੇ ਨੇ ਨਾ ਕਿ ਬਹੁਤ ਫਰਕ ਹੈ ਸੋ ਕਿੱਦਾਂ ਹੋਇਆ ਮੈਨੇਜ ਨਹੀਂ ਐਕਚੁਅਲੀ ਨਾ ਜੰਮੂ ਦੀ ਜਿਹੜੀ ਲੈਂਗੁਏਜ ਹੈ ਡੋਗਰੀ ਹੈ ਤੇ ਪੰਜਾਬੀ ਦੇ ਵਿੱਚ ਕੁਝ ਜ਼ਿਆਦਾ ਫਰਕ ਨਹੀਂ ਹੈ ਅੱਛਾ ਕਿਉਂਕਿ ਪੰਜਾਬੀ ਤੋਂ ਹੀ ਡੋਗਰੀ ਨਿਕਲੀ ਹੋਈ ਹੈ ਸੋ ਜ਼ਿਆਦਾ ਫਰਕ ਨਹੀਂ ਹੈ ਬਟ ਫਿਰ ਵੀ ਥੋੜ੍ਹਾ ਬਹੁਤ ਹੈ ਅਤੇ ਪੰਜਾਬੀ ਇੱਥੇ ਆ ਕੇ ਕਾਫੀ ਮੈਨੂੰ ਇੰਪਰੂਵਮੈਂਟ ਮਿਲੀ ਹੈ ਜਿੱਦਾਂ ਫੈਮਿਲੀ ਪੰਜਾਬੀ ਮੇਰੇ ਸਿਸਟਰ ਇੱਥੇ ਵਿਆਹੇ ਹੋਏ ਸੀ ਅਤੇ ਉਹਨਾਂ ਕੋਲ ਆਉਣਾ ਜਾਣਾ ਜ਼ਿਆਦਾ ਹੁੰਦਾ ਸੀ ਸੋ ਇਸ ਕਰਕੇ ਸੋ ਪੰਜਾਬੀ ਲੋਕਾਂ ਨਾਲ ਜ਼ਿਆਦਾ ਉੱਠਣ ਬੈਠਣ ਕਰਕੇ ਮੈਨੂੰ ਜ਼ਿਆਦਾ ਐਕਸਪੀਰੀਅੰਸ ਹੋਇਆ ਬੋਲਣ ਦਾ ਖੈਰ ਜਿੱਦਾਂ ਹੁਣ ਪ੍ਰੋਨੰਸੀਏਸ਼ਨ ਜਿਹੜੀ ਹੁੰਦੀ ਹੈ ਐਕਚੁਅਲ ਵਰਡ ਗਾਣੇ ਦੇ ਵਿੱਚ ਉਹ ਗਾਉਂਦੇ ਗਾਉਂਦੇ ਹੀ ਪਤਾ ਚੱਲਿਆ ਸਟੂਡੀਓ ਦੇ ਵਿੱਚ ਜਿੱਦਾਂ ਹੁਣ ਮਿਊਜ਼ਿਕ ਡਾਇਰੈਕਟਰ ਰਾਈਟਰ ਜਾਂ ਮੇਰੇ ਪ੍ਰੋਡਿਊਸਰ ਸਾਹਿਬ ਪਵਿੱਤਰ ਜੀ ਉਹ ਕਾਫੀ ਗਾਈਡ ਕਰਦੇ ਨੇ ਉਸ ਚੀਜ਼ ਦੇ ਲਈ ਕਿ ਪੰਜਾਬੀ ਤੁਸੀਂ ਆ ਵਰਡ ਇੱਦਾਂ ਬੋਲਣਾ ਸੋ ਉਹਦੇ ਨਾਲ ਕਾਫੀ ਇੰਪਰੂਵਮੈਂਟ ਹੋਈ ਜੀ ਜੇ ਇੱਦਾਂ ਹੀ ਗੱਲ ਕਰੀਏ ਨਾ ਕਿ ਜੰਮੂ ਕਸ਼ਮੀਰ ਦੀ ਕੁੜੀ ਇੱਕ ਪੰਜਾਬੀ ਇੰਡਸਟਰੀ ਵਿੱਚ ਆ ਕੇ ਉਹਨੇ ਗੀਤ ਗਾਉਣ ਦੀ ਸ਼ੁਰੂਆਤ ਕੀਤੀ ਪਹਿਲਾਂ ਤਾਂ ਜਦੋਂ ਤੁਸੀਂ ਫੈਮਿਲੀ ਨੂੰ ਦੱਸਿਆ ਹੋਏਗਾ ਤੇ ਉਹਨਾਂ ਦਾ ਰਿਐਕਸ਼ਨ ਕੀ ਸੀ ਉਹ ਮੰਨ ਗਏ ਸੀ ਕਿ ਮਨਾਉਣਾ ਪਿਆ ਨਹੀਂ ਮੇਰੀ ਫੈਮਿਲੀ ਨੂੰ ਮੈਨੂੰ ਕਦੀ ਮਨਾਉਣਾ ਨਹੀਂ ਪਿਆ ਕਿਉਂਕਿ ਉਹ ਮੇਰੇ 'ਤੇ ਨਾ ਸ਼ੁਰੂ ਤੋਂ ਵਿਸ਼ਵਾਸ ਰੱਖਦੇ ਆ ਅੱਛਾ ਸਪੈਸ਼ਲੀ ਮੈਂ ਆਪਣੀ ਸਿਸਟਰ ਵਾਸਤੇ ਕਹਾਂਗੀ ਕਿਉਂਕਿ ਮੈਨੂੰ ਲੱਗਦਾ ਮੈਂ ਅੱਜ ਜੋ ਕੁਝ ਵੀ ਹਾਂ ਜਸਟ ਬਿਕੋਜ਼ ਆਫ ਹਰ ਉਹਨਾਂ ਨੇ ਮੈਨੂੰ ਇੰਨੀ ਲਾਈਫ ਦੇ ਵਿੱਚ ਸਪੋਰਟ ਕੀਤੀ ਆ ਮੇਰੇ ਕਰੀਅਰ ਦੇ ਲਈ ਹਾਲਾਂਕਿ ਮੈਨੂੰ ਕਦੀ ਕਦੀ ਲੱਗਦਾ ਸੀ ਕਿ ਸ਼ਾਇਦ ਪਤਾ ਨਹੀਂ ਹੋ ਪਾਏਗਾ ਇੱਦਾਂ ਕਿ ਨਹੀਂ ਉਹਨਾਂ ਨੇ ਮੈਨੂੰ ਹਮੇਸ਼ਾ ਸਪੋਰਟ ਕੀਤੀ ਕਿ ਨਹੀਂ
ਆਪਾਂ ਹਾਰਨਾ ਨਹੀਂ, ਹਮੇਸ਼ਾ ਅੱਗੇ ਵਧਣਾ ਹੈ। ਸੋ ਉਹਨਾਂ ਨੇ ਮੈਨੂੰ ਹਮੇਸ਼ਾ ਸਪੋਰਟ ਕੀਤੀ ਹੈ, ਬਹੁਤ ਵਿਸ਼ਵਾਸ ਰੱਖਦੇ ਨੇ। ਚਲੋ ਇਹ ਤਾਂ ਫੈਮਿਲੀ ਸਪੋਰਟ ਹੋਈ, ਪੰਜਾਬੀ ਇੰਡਸਟਰੀ ਵਿੱਚ ਵੀ ਬਹੁਤ ਸਪੋਰਟ ਦੀ ਲੋੜ ਸੀ, ਤਾਂ ਹੀ ਮਤਲਬ ਅਸੀਂ ਅੱਗੇ ਵੱਧ ਸਕਦੇ। ਸੋ ਪੰਜਾਬੀ ਇੰਡਸਟਰੀ ਵਿੱਚ ਕੌਣ ਸੀ ਇਹੋ ਜਿਹਾ ਜਿਹਨਾਂ ਨੇ ਤੁਹਾਨੂੰ ਮਤਲਬ ਸ਼ੁਰੂ ਤੋਂ ਹੀ ਇੰਨਾ ਸਾਥ ਦਿੱਤਾ ਹੈ, ਅਤੇ ਉਹਨਾਂ ਦੀ ਵਜ੍ਹਾ ਤੋਂ ਅੱਜ ਤੁਸੀਂ ਮਤਲਬ ਬਹੁਤ ਜ਼ਿਆਦਾ ਮਤਲਬ ਇੱਦਾਂ ਦੇ ਗੀਤ ਗਾ ਰਹੇ ਹੋ? ਕਰੈਕਟ, ਪੰਜਾਬੀ ਇੰਡਸਟਰੀ ਵਿੱਚ ਸਟਾਰਟਿੰਗ ਕਰਵਾਉਣ ਵਾਲੇ ਪਵਿੱਤਰ ਪਿਤਾ ਜੀ, ਜਿਹਨਾਂ ਦੇ ਮੈਂ 5 ਸੌਂਗਸ ਸੋਲੋ ਸਟਾਰਟਿੰਗ ਕੀਤੀ ਸੀ। ਸ਼ੌਕੀਨ ਜੱਟੀ ਆਪਣਾ ਪਹਿਲਾ ਸੌਂਗ ਸੀ, ਉਹਦੇ ਨਾਲ ਸਟਾਰਟਿੰਗ ਕੀਤੀ ਸੀ। ਫਿਰ ਸ਼ੌਕੀਨ ਜੱਟੀ, ਸੁਰਮਾ, ਸੂਟ ਪਟਿਆਲਾ, ਸੱਚੀਆਂ ਗੱਲਾਂ, ਸਵੀਟ ਹਾਰਟ, ਇਹ ਗਾਣੇ ਉਹਨਾਂ ਨੇ ਕੀਤੇ ਸੀ ਅਤੇ ਉਹਨਾਂ ਨੇ ਪ੍ਰੋਡਿਊਸ ਕੀਤੇ, ਉਹਨਾਂ ਨੇ ਇਨਵੈਸਟ ਕੀਤਾ ਉਹਦੇ 'ਤੇ, ਅਤੇ ਰਾਈਟਰ ਵੀ ਉਹੀ ਨੇ ਇਹਨਾਂ ਗਾਣਿਆਂ ਦੇ, ਉਹਨਾਂ ਬਹੁਤ ਅੱਛੇ ਲਿਰਿਕਸ ਉਹਨਾਂ ਦੇ ਗਾਣਿਆਂ ਦੇ। ਸੋ ਉਹਨਾਂ ਨੇ ਮੇਰੀ ਸਟਾਰਟਿੰਗ ਕਰਵਾਈ ਸੀ ਇਸ ਇੰਡਸਟਰੀ ਦੇ ਵਿੱਚ, ਤੋਂ ਉਹਨਾਂ ਦਾ ਬਹੁਤ ਜ਼ਿਆਦਾ ਥੈਂਕਸ ਕਿ ਉਹਨਾਂ ਨੇ ਐਟਲੀਸਟ ਮਤਲਬ ਕਿ ਮੈਨੂੰ ਆਹ ਲੱਗਿਆ ਕਿ ਨਹੀਂ ਮੈਂ ਇੱਕ ਕਹਿੰਦੇ ਨਾ ਕਿ ਇੱਕ ਪੈਰ ਰੱਖ ਲਿਆ ਇੱਕ ਸਬਬ ਕਿਵੇਂ ਬਣਿਆ, ਕਿਵੇਂ ਇਸ ਗੀਤ ਨੂੰ ਬਣਾਇਆ ਗਿਆ, ਕਿਵੇਂ ਗਾਇਆ, ਇਹ ਸਭ ਬਾਰੇ ਜ਼ਰੂਰ ਦੱਸੋ ਦਰਸ਼ਕਾਂ ਨੂੰ। ਐਗਜੈਕਟਲੀ, ਕਿਉਂਕਿ ਇਹ ਗਾਣਾ ਬਹੁਤ ਵਧੀਆ ਸੀ, ਵਧੀਆ ਹੈਗਾ, ਕਿਉਂਕਿ ਜਦੋਂ ਮੈਨੂੰ ਫਸਟ ਟਾਈਮ ਪਵਿੱਤਰ ਸਰ ਨੇ ਸੁਣਾਇਆ ਸੀ ਕਿ ਆਹ ਹੁਣ ਜਿਹੜਾ ਆਪਾਂ ਨੈਕਸਟ ਗਾਣਾ ਕਰਨਾ ਹੈ ਉਹ ਆਪਾਂ ਕਰਨਾ ਆਹ ਗਾਣਾ ਕਰਨਾ, ਤਾਂ ਜਦੋਂ ਉਹਨਾਂ ਨੇ ਮੈਨੂੰ ਲਿਰਿਕਸ ਸੁਣਾਏ ਮੈਨੂੰ ਵਧੀਆ ਲੱਗੇ, ਅਤੇ ਉਹ ਨਾਲ ਹੀ ਗਾ ਕੇ ਕੰਪੋਜੀਸ਼ਨ ਥੋੜ੍ਹਾ ਥੋੜ੍ਹਾ ਗਾਉਂਦੇ ਵੀ ਅੱਛਾ ਮਤਲਬ ਵਧੀਆ ਗਾ ਲੈਂਦੇ, ਸੋ ਉਹਨਾਂ ਨੇ ਮੈਨੂੰ ਗਾ ਕੇ ਸੁਣਾਇਆ ਅਤੇ ਮੈਨੂੰ ਵਧੀਆ ਲੱਗਿਆ ਕਿ ਕੁਛ ਜਿੰਨਾ ਆਪਾਂ ਹੁਣ ਤੱਕ ਕਰ ਚੁੱਕੇ ਹਾਂ ਉਸ ਤੋਂ ਕੁਛ ਹਟ ਕੇ ਆ, ਔਰ ਇੱਕ ਮੈਸੇਜ ਵਾਲਾ ਸੌਂਗ ਆ ਔਰ ਡੈਫੀਨੇਟਲੀ ਲੋਕਾਂ ਨੂੰ ਪਸੰਦ ਆਏਗਾ, ਉਹਨਾਂ ਨੂੰ ਵੀ ਉਮੀਦ ਸੀ ਔਰ ਮੈਨੂੰ ਵੀ ਅੱਛਾ ਲੱਗ ਰਿਹਾ ਸੀ। ਸੋ ਇੱਦਾਂ ਇਹ ਗਾਣਾ ਹੋਇਆ ਸੀ। ਸੋ ਇਸ ਦੇ ਨਾਲ ਹੀ ਅਸੀਂ ਚਾਹਾਂਗੇ ਤੁਸੀਂ ਸੱਚੀਆਂ ਗੱਲਾਂ ਗੀਤ ਜ਼ਰੂਰ ਸੁਣਾ ਦਿਓ। ਹਾਂਜੀ, ਹੋ ਜੱਗ ਤੇ ਨਹੀਂ ਆਉਣਾ ਬਾਰ ਬਾਰ ਬੰਦਿਆ, ਕਰਨਾ ਤੂੰ ਛੱਡ ਦੇ ਹੰਕਾਰ ਬੰਦਿਆ, ਹੋ ਜੱਗ ਤੇ ਨਹੀਂ ਆਉਣਾ ਬਾਰ ਬਾਰ ਬੰਦਿਆ, ਕਰਨਾ ਤੂੰ ਛੱਡ ਦੇ ਹੰਕਾਰ ਬੰਦਿਆ, ਹੋਣਾ ਪਛਤਾਵਾ ਫਿਰ ਬੀਤੇ ਵੇਲੇ ਦਾ, ਹੋਣਾ ਪਛਤਾਵਾ ਫਿਰ ਬੀਤੇ ਵੇਲੇ ਦਾ, ਗੁੱਡੀਆਂ ਚੜਾਵੇ ਨੀਲੀ ਛੱਤ ਵਾਲਾ ਉਹ, ਕਰੀਏ ਨਾ ਮਾਣ ਕਦੇ ਪੈਸੇ ਧੇਲੇ ਦਾ, ਗੁੱਡੀਆਂ ਚੜਾਵੇ ਨੀਲੀ ਛੱਤ ਵਾਲਾ ਉਹ, ਕਰੀਏ ਨਾ ਮਾਣ ਕਦੇ ਪੈਸੇ ਧੇਲੇ ਦਾ। ਬਹੁਤ ਵਧੀਆ, ਤੇ ਗੀਤ ਵੀ ਬਹੁਤ ਵਧੀਆ। ਅਤੇ ਹੁਣ ਤੁਹਾਡੀ ਸਿੰਗਿੰਗ ਦੀ ਗੱਲ ਕਰਦੇ ਹਾਂ, ਅਫਕੋਰਸ ਕੋਈ ਵੀ ਅਸੀਂ ਕੰਮ ਕਰਦੇ ਹਾਂ, ਕੋਈ ਵੀ ਪ੍ਰੋਫੈਸ਼ਨ ਚੂਜ਼ ਕਰਦੇ ਹਾਂ, ਅਤੇ ਕਹਿੰਦੇ ਕਿ ਪਹਿਲਾਂ ਇੱਕ ਸੋਚ ਹੁੰਦੀ ਹੈ, ਕੋਈ ਮੋਟੀਵੇਸ਼ਨ ਹੁੰਦੀ ਹੈ, ਕੋਈ ਇਹੋ ਜਿਹੀ ਚੀਜ਼ ਹੋਈ ਹੁੰਦੀ ਹੈ ਕਿ ਅਸੀਂ ਉਸ ਪ੍ਰੋਫੈਸ਼ਨ ਵਿੱਚ ਜਾ ਵੜਦੇ ਹਾਂ। ਤੁਹਾਡੇ ਨਾਲ ਇਹੋ ਜਿਹੀ ਕਿਹੜੀ ਚੀਜ਼ ਸੀ ਜਦੋਂ ਤੁਸੀਂ ਇਹ ਚੋਇਸ ਕਰ ਲਈ ਕਿ ਯਾਰ ਮੈਂ ਜਾਵਾਂਗੀ ਤਾਂ ਸਿੰਗਿੰਗ ਲਾਈਨ ਵਿੱਚ ਹੀ ਜਾਵਾਂਗੀ? ਮੈਂ ਸੱਚੀ ਦੱਸਾਂ ਤਾਂ ਮੈਨੂੰ ਸ਼ੁਰੂ ਤੋਂ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਰਿਹਾ, ਮੈਂ ਰੇਡੀਓ ਬਹੁਤ ਸੁਣਦੀ ਹੁੰਦੀ ਸੀ, ਸੋ ਗਾਣੇ ਗੁਣੇ ਮੈਂ ਸ਼ੁਰੂ ਤੋਂ ਹੀ ਮਤਲਬ ਜਿੱਦਾਂ ਚੱਲ ਰਿਹਾ ਅਤੇ ਨਾਲ ਨਾਲ ਕਾਪੀ ਕਰਨਾ ਗਾਣਾ ਬਹੁਤ ਜ਼ਿਆਦਾ ਸ਼ੌਂਕ ਸੀਗਾ, ਪਰ ਇੰਨਾ ਨਹੀਂ ਸੋਚਿਆ ਹੋਇਆ ਸੀ ਕਿ ਮੈਂ ਇਸ ਲਾਈਨ ਦੇ ਵਿੱਚ ਪ੍ਰੋਫੈਸ਼ਨਲੀ ਅੱਗੇ ਜਾਣਾ ਹੈ, ਜਾਂ ਪ੍ਰੋਪਰ ਟ੍ਰੇਨਿੰਗ ਵੀ ਮੈਂ ਖੈਰ ਨਹੀਂ ਪ੍ਰੋਪਰ ਕਿਤੇ ਤੋਂ ਮੈਂ ਲੈ ਪਾਈ ਸੀ। ਸੋ ਪਤਾ ਨਹੀਂ ਕਿਵੇਂ ਕਿਵੇਂ ਕਈ ਵਾਰ ਇੱਦਾਂ ਹੁੰਦਾ ਨਾ ਕਿ ਮਤਲਬ ਇੱਕ ਇੱਕ ਤਰੀਕੇ ਨਾਲ ਆਪਾਂ ਸੋਚਦੇ ਹਾਂ ਵੀ ਕਾਸ਼ ਉਹ ਚੀਜ਼ ਹੋ ਜੇ, ਅਤੇ ਇੱਕ ਸਾਈਡ ਤੋਂ ਆਪਾਂ ਨੂੰ ਲੱਗਦਾ ਕਿ ਆਪਣੀ ਬੱਸ ਦਾ ਕੰਮ ਨਹੀਂ ਹੈ ਨਾ, ਕਿੱਥੇ ਜੰਮੂ ਔਰ ਕਿੱਥੇ ਚੰਡੀਗੜ੍ਹ, ਔਰ ਸੋ ਇੱਦਾਂ ਇੱਦਾਂ ਕਰਕੇ ਜਦੋਂ ਲੋਕ ਐਪਰੀਸ਼ੀਏਟ ਕਰਦੇ ਸੀ, ਜਦੋਂ ਮੈਂ ਇੱਥੇ ਚੰਡੀਗੜ੍ਹ ਆਈ ਹਾਂ ਅਤੇ ਉਸ ਤੋਂ ਬਾਅਦ ਜਦੋਂ ਲੋਕ ਇੱਥੇ ਐਪਰੀਸ਼ੀਏਟ ਕਰਦੇ ਸੀ ਆਵਾਜ਼ ਸੁਣ ਕੇ, ਤਾਂ ਉਸ ਚੀਜ਼ ਨੇ ਜ਼ਿਆਦਾ ਇੱਕ ਹੁੰਗਾਰਾ ਦਿੱਤਾ ਕਿ ਨਹੀਂ ਯਾਰ ਕਰਕੇ ਦੇਖਦੇ ਹਾਂ ਕੀ ਚੱਲਦਾ ਹੈ ਨਾ। ਸੋ ਇੱਦਾਂ ਵਨ ਬਾਏ ਵਨ ਸਾਰਿਆਂ ਨੂੰ ਮਿਲਦੇ ਗਏ, ਅਤੇ ਜਿੱਥੇ ਜਿੱਥੇ ਕੁਛ ਮੈਨੂੰ ਹਮੇਸ਼ਾ ਲਾਈਫ ਦੇ ਵਿੱਚ ਹਮੇਸ਼ਾ ਅੱਛੇ ਲੋਕ ਮਿਲੇ, ਮੈਂ ਪਰਮਾਤਮਾ ਦੀ ਬਹੁਤ ਵੱਡੀ ਸ਼ੁਕਰਗੁਜ਼ਾਰ ਹਾਂ ਇਸ ਮਾਮਲੇ ਦੇ ਵਿੱਚ ਕਿ ਮੈਨੂੰ ਹਰ ਇੱਕ ਇਨਸਾਨ ਨੇ ਹਮੇਸ਼ਾ ਲਾਈਫ ਦੇ ਵਿੱਚ ਗਾਈਡ ਅੱਛਾ ਕੀਤਾ। ਅੱਛਾ, ਸੋ ਐਪਰੀਸ਼ੀਏਟ ਕਰਦੇ ਸੀ ਅਤੇ ਉਸ ਵੱਲੀ ਤੁਰ ਗਈ, ਅਤੇ ਜਦੋਂ ਮੈਨੂੰ ਲੱਗਿਆ ਕਿ ਹੁਣ ਮੈਂ ਆ ਗਿਆ ਅਤੇ ਹੁਣ ਪਿੱਛੇ ਮੁੜ ਕੇ ਨਹੀਂ ਦੇਖਣਾ, ਸੋ ਪਰਮਾਤਮਾ ਨੇ ਉਸ ਕਰਕੇ ਮੇਰਾ ਸਾਥ ਬਹੁਤ ਦਿੱਤਾ। ਜੀ, ਮੈਂ ਤੁਹਾਡੀ ਪੰਜਾਬੀ ਨੋਟਿਸ ਕਰ ਰਹੀ ਹਾਂ, ਤੁਸੀਂ ਕਿਹਾ ਹੁੰਗਾਰਾ, ਇਹ ਵਰਡ ਨਾ ਮੈਨੂੰ ਵੀ ਇੱਥੇ ਆ ਕੇ ਪਤਾ ਲੱਗਾ ਸੀ, ਪਰ ਤੁਸੀਂ ਜੰਮੂ ਕਸ਼ਮੀਰ ਦੇ ਹੁੰਦੇ ਵੀ ਨਾ ਤੁਹਾਨੂੰ ਪਤਾ ਹੈ ਇਹ ਵਰਡ, ਮੈਨੂੰ ਵੀ ਨਹੀਂ ਪਤਾ ਹੁੰਦਾ ਸੀ। ਸੋ ਜੀ, ਹੁਣ ਮੈਨੂੰ ਪਤਾ ਆ ਜਦੋਂ ਆਪਾਂ ਲੈਂਦੇ ਨਾ ਇੰਟਰਵਿਊ ਵਗੈਰਾ ਤਾਂ ਕਰਕੇ ਆ, ਅਤੇ ਇਸ ਦੇ ਨਾਲ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਣਾ, ਅਤੇ ਬ੍ਰੇਕ ਤੋਂ ਬਾਅਦ ਅਸੀਂ ਹੋਰ ਗੱਲਾਂ ਪਤਾ ਕਰਨੀਆਂ ਤੁਹਾਡੇ ਨਾਲ। ਹੈਲੋ ਜੀ, ਅਤੇ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਲਈ। ਸਾਰਿਆਂ ਦਾ ਬ੍ਰੇਕ ਤੋਂ ਬਾਅਦ, ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਮੰਨਤ ਨੂਰ ਜੀ ਦੇ ਨਾਲ।
ਮੰਨਤ ਗੱਲ ਕਰੀਏ ਨਾ ਆਪਣੀ ਪੰਜਾਬੀ ਇੰਡਸਟਰੀ ਦੀ, ਠੀਕ ਹੈ, ਮੇਲ ਓਰੀਐਂਟਿਡ ਗਾਣੇ ਬਥੇਰੇ ਆਉਂਦੇ ਨੇ, ਬਹੁਤ ਸਾਰੇ ਆਉਂਦੇ ਨੇ, ਠੀਕ ਹੈ, ਮਤਲਬ ਇਹ ਘੱਟ ਹੈ ਕਿ ਡੂ ਇਟ ਵੀ ਬਹੁਤ ਘੱਟ ਆਉਂਦਾ, ਅਤੇ ਇਹ ਸਭ ਤੋਂ ਘੱਟ ਹੈ ਕਿ ਫੀਮੇਲ ਓਰੀਐਂਟਿਡ ਸੌਂਗਸ ਘੱਟ ਆਉਣ, ਹੈ ਨਾ। ਸੋ ਤੁਸੀਂ ਕੀ ਵੇਖਦੇ ਹੋ ਕਿ ਇੱਕ ਫੀਮੇਲ ਸਿੰਗਰ ਦੀ ਕਿੰਨੀ ਕੁ ਪ੍ਰਾਇਓਰਿਟੀ ਹੈ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ? ਨਹੀਂ, ਇਹ ਮੰਨਣਾ ਪਊਗਾ ਕਿ ਅੱਜ ਦੇ ਟਾਈਮ ਦੇ ਵਿੱਚ ਨਾ ਫੀਮੇਲ ਸਿੰਗਰ ਨੂੰ ਵੀ ਓਨੀ ਜ਼ਿਆਦਾ ਪ੍ਰਾਇਓਰਿਟੀ ਦਿੱਤੀ ਜਾ ਰਹੀ ਹੈ, ਇੰਪੋਰਟੈਂਸ ਦਿੱਤੀ ਜਾ ਰਹੀ ਹੈ, ਔਰ ਮੇਲ ਸਿੰਗਰਸ ਦੇ ਨਾਲ ਨਾਲ ਫੀਮੇਲ ਸਿੰਗਰ ਵੀ ਬਰਾਬਰ ਦੇ ਕੰਪੀਟੀਸ਼ਨ ਦੇ ਵਿੱਚ ਨੇ। ਆ ਸਭ ਤੋਂ ਅੱਛੀ ਗੱਲ ਹੈ ਸਾਡੇ ਲਈ, ਔਰ ਵੱਧ ਤੋਂ ਵੱਧ ਕੁੜੀਆਂ ਅੱਗੇ ਆ ਰਹੀਆਂ ਨੇ, ਬਹੁਤ ਅੱਛੇ ਅੱਛੇ ਗਾਣੇ ਗਾ ਰਹੀਆਂ ਨੇ, ਬਹੁਤ ਅੱਛਾ ਪਰਫੋਰਮ ਕਰ ਰਹੀਆਂ ਨੇ। ਸੋ ਬਹੁਤ ਅੱਛਾ ਲੱਗਦਾ ਇਹ ਚੀਜ਼ ਦੇਖ ਕੇ ਕਿ ਬਰਾਬਰ ਦਾ ਕੰਪੀਟੀਸ਼ਨ ਹੋ ਰਿਹਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਕੁੜੀਆਂ ਕਿਸੇ ਵੀ ਚੀਜ਼ ਦੇ ਵਿੱਚ ਪਿੱਛੇ ਨੇ, ਉਹ ਗਾਣੇ ਦੇ ਵਿੱਚ ਵੀ ਅੱਗੇ ਨੇ ਸਾਰੇ, ਮਤਲਬ ਬਰਾਬਰ ਦੇ ਵਿੱਚ ਹੈਗੀਆਂ ਨੇ ਜੀ। ਜੇ ਆਫਕੋਰਸ ਬਹੁਤ ਸਾਰੀ ਹਜੇ ਆਪਣੀਆਂ ਫੀਮੇਲ ਸਿੰਗਰਸ ਹੋ ਰਹੀਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ, ਹੈ ਨਾ, ਤੁਸੀਂ ਕਿਸੇ ਨੂੰ ਆਪਣਾ ਕੰਪੀਟੀਟਰ ਮੰਨਦੇ ਹੋ? ਮੈਂ ਸੱਚੀ ਦੱਸਾਂ ਤੇ ਮੈਂ ਇਸ ਚੀਜ਼ ਬਾਰੇ ਕਦੀ ਸੋਚਦੀ ਨਹੀਂ। ਅੱਛਾ, ਮੈਨੂੰ ਇਹ ਲੱਗਦਾ ਕਿ ਮੈਨੂੰ ਕਿਸੇ ਤੋਂ ਵੀ ਸਿੱਖਣ ਨੂੰ ਮਿਲੇ ਨਾ, ਮੈਂ ਸਾਰਿਆਂ ਨੂੰ ਦੇਖਦੀ ਹਾਂ, ਸੁਣਦੀ ਹਾਂ ਕਿ ਉਹ ਇਨਸਾਨ ਚੱਲ ਰਿਹਾ ਅਤੇ ਉਹਦੇ ਵਿੱਚ ਕੀ ਖਾਸੀਅਤ ਹੈ, ਮੈਂ ਸਿੱਖਦੀ ਹਾਂ ਸਾਰਿਆਂ ਤੋਂ ਜੀ। ਮੈਂ ਕਿਸੇ ਨੂੰ ਕੰਪੀਟੀਟਰ ਮੈਂ ਕਹਿੰਦੀ, ਕਿਉਂਕਿ ਸਭ ਦਾ ਆਪਣਾ ਆਪਣਾ ਜ਼ੋਨਰ ਹੁੰਦਾ, ਸੋ ਉੱਦਾਂ ਦੀ ਕੋਈ ਗੱਲ ਨਹੀਂ ਹੈ ਜੀ, ਬਲਕਿ ਸਾਰਿਆਂ ਨੂੰ ਚੱਲਣਾ ਚਾਹੀਦਾ, ਵਧੀਆ ਲੱਗਦਾ। ਕੋਈ ਇਹੋ ਜਿਹਾ ਮਤਲਬ ਮੇਲ ਸਿੰਗਰ ਜੋ ਤੁਸੀਂ ਬਹੁਤ ਖੁਆਇਸ਼ ਹੈ ਕਿ ਮੈਂ ਇਹਨਾਂ ਨਾਲ ਇੱਕ ਦਿਨ ਤਾਂ ਜ਼ਰੂਰ ਗਾਵਾਂ, ਇਹਨਾਂ ਨਾਲ ਮੇਰਾ ਇੱਕ ਗੀਤ ਜ਼ਰੂਰ ਨਿਕਲੇ ਜੀ? ਮੈਨੂੰ ਗਿੱਪੀ ਜੀ ਦੀ ਆਵਾਜ਼ ਬਹੁਤ ਵਧੀਆ ਲੱਗਦੀ ਹੈ, ਐਕਚੁਅਲੀ ਡੁਐਟ ਦੇ ਵਾਸਤੇ ਉਹ ਨਾ ਉਹ ਪਰਫੈਕਟ ਹੈਗਾ, ਤੇ ਉਹਨਾਂ ਦੇ ਨਾਲ ਹੋ ਗਿਆ। ਸੋ ਦਿਲਜੀਤ ਜੀ ਮੇਰੇ ਐਕਚੁਅਲੀ ਮੇਰੇ ਫੇਵਰਿਟ ਨੇ, ਉਹ ਬਹੁਤ ਵਧੀਆ ਲੱਗਦੇ ਆ ਦਿਲਜੀਤ, ਸੋ ਉਹਨਾਂ ਦੇ ਨਾਲ ਹੋ ਜੇ ਦਿਲਜੀਤ ਦੋਸਾਂਝ ਦੇ ਨਾਲ। ਬਾਕੀ ਸਾਰੇ ਆਰਟਿਸਟ ਬਹੁਤ ਵਧੀਆ ਨੇ, ਅੱਛੇ ਆ ਪੰਜਾਬ ਦੇ, ਹੈ ਨਾ, ਜਿੱਦਾਂ ਅੰਮ੍ਰਿਤ ਮਾਨ ਜੀ ਦੇ ਨਾਲ ਵੀ ਮੈਂ ਗਾਇਆ, ਉਹਨਾਂ ਦੀ ਵੋਕਲ ਵੀ ਬਹੁਤ ਘੈਂਟ ਲੱਗਦੀ ਹੈ, ਐਮੀ ਵਿਰਕ ਜੀ ਉਹ ਵੀ ਬਹੁਤ ਵਧੀਆ ਜੀ, ਸਾਰੇ ਵਧੀਆ। ਤੇ ਅੱਜ ਤੱਕ ਤੁਹਾਡਾ ਕੋਈ ਫੇਵਰਿਟ ਗੀਤ ਰਿਹਾ? ਹਾਂਜੀ, ਮੈਂ ਅਕਸਰ ਗੁਣਗੁਣਾਉਂਦੀ ਹੁੰਦੀ ਸੀ, ਇੱਕ ਮੰਨਤ ਫਿਲਮ ਆਈ ਸੀ, ਅੱਛਾ ਅੱਛਾ ਅੱਛਾ, ਉਹਦੇ ਵਿੱਚ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ, ਸੋ ਮੇਰਾ ਹਮੇਸ਼ਾ ਹੀ ਫੇਵਰਿਟ ਰਿਹਾ, ਮੈਂ ਕਦੇ ਵੀ ਗੁਣਗੁਣਾਉਂਦੀ ਹੁੰਦੀ ਸੀ ਜੀ, ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ ਸੀ। ਕਦੇ ਗੁਣਗੁਣਾਉਂਦੇ ਹੁੰਦੇ ਸੀ ਤੇ ਫਿਰ ਇੱਥੇ ਵੀ ਗੁਣਗੁਣਾ ਦੋ ਨਾ, ਸ਼ੋਰ ਮੈਂ ਹੋਰ ਵੀ ਗੁਣਗੁਣਾਉਂਦੀ ਹੁੰਦੀ ਹਾਂ ਜੀ ਜੀ ਜੀ। ਉਮਰਾਂ ਦੀ ਸਾਂਝ ਹੋਵੇ, ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ, ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ, ਬਸ ਮੈਨੂੰ ਇੰਨਾ ਹੀ ਪਿਆਰ ਤੇਰੇ ਨਾਲ, ਜਿੰਨੀ ਕਹੇ ਜੀਣ ਨੂੰ ਹਾਂ, ਜਿੰਨੀ ਕਹੇ ਜੀਣ ਨੂੰ ਤਿਆਰ ਤੇਰੇ ਨਾਲ, ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ। ਬਹੁਤ ਜ਼ਿਆਦਾ ਵਧੀਆ। ਤੇ ਹੁਣ ਅਸੀਂ ਆਪਣੀ ਗੇਮ ਖੇਲੀਏ, ਕਿਉਂਕਿ ਕੈਫੇ ਪੰਜਾਬੀ ਦੇ ਵਿੱਚ ਗੇਮਸ ਬਹੁਤ ਜ਼ਰੂਰੀਆਂ ਹੁੰਦੀਆਂ ਨੇ। ਪਹਿਲਾਂ ਤਾਂ ਮੈਨੂੰ ਤੁਸੀਂ ਦੱਸਿਆ ਨਹੀਂ, ਪਹਿਲਾਂ ਕਿਉਂ ਦੱਸਣਾ, ਆਪਾਂ ਸਰਪ੍ਰਾਈਜ਼ ਦਿੰਦੇ ਹਾਂ ਨਾ, ਸਰਪ੍ਰਾਈਜ਼ ਵੀ ਬਹੁਤ ਵਧੀਆ ਲੱਗਦਾ, ਹੈ ਨਾ। ਸੋ ਹੁਣ ਇਹ ਗੇਮ ਹੈ, ਤੁਹਾਨੂੰ ਇਹੀ ਕਰਨਾ ਹੈ ਕਿ ਓਨੈਸਟ ਰਹਿਣਾ ਪੈਣਾ, ਓਨੈਸਟ ਇੱਕਦਮ। ਵੈਸੇ ਮੈਂ ਸੱਚੀ ਦੱਸਾਂ ਤੇ ਮੈਂ ਬਹੁਤ ਜ਼ਿਆਦਾ ਓਨੈਸਟ ਹੈਗੀ ਹਾਂ ਜੀ ਜੀ, ਪਰ ਗੇਮਸ ਦੇ ਵਿੱਚ ਰਵਾਂਗੇ ਪਤਾ ਨਹੀਂ, ਕੋਈ ਇੱਦਾਂ ਦੀ ਗੇਮ ਨਹੀਂ ਹੈਗੀ ਹੈ, ਜਸਟ ਇਹ ਹੈ ਕਿ ਵਨ ਵਰਡ ਗੇਮ ਖੇਡਾਂਗੇ ਅਸੀਂ, ਠੀਕ ਹੈ। ਮੈਂ ਮਤਲਬ 5 ਕੁ ਲਵਾਂਗੀ ਫੀਮੇਲ ਸਿੰਗਰਸ ਦੇ ਨਾਮ ਜਾਂ ਆਰਟਿਸਟ ਦੇ ਨਾਮ, ਅਤੇ 5 ਕੁ ਲਵਾਂਗੀ ਮੇਲ ਆਰਟਿਸਟ ਦੇ ਨਾਮ, ਤੁਸੀਂ ਸਿਰਫ ਉਹਨਾਂ ਨੂੰ ਇੱਕ ਵਰਡ ਵਿੱਚ ਡਿਸਕ੍ਰਾਈਬ ਕਰਨਾ ਹੈ। ਓਕੇ, ਠੀਕ ਹੈ, ਚਲੋ ਓਨੈਸਟ, ਓਨੈਸਟ, ਚਲੋ। ਮਿਸ ਪੂਜਾ, ਪੰਜਾਬ ਦੀ ਘੈਂਟ ਸਿੰਗਰ। ਸੁਨੰਦਾ ਸ਼ਰਮਾ, ਬਹੁਤ ਹੀ ਵਧੀਆ ਪਰਫਾਰਮਰ। ਨਿਮਰਤ ਖਹਿਰਾ, ਬਹੁਤ ਸੋਹਣੀ ਆਰਟਿਸਟ। ਰੁਪਿੰਦਰ ਹਾਂਡਾ, ਘੈਂਟ ਐਟੀਟਿਊਡ ਵਾਲੀ ਜੱਟੀ। ਸਾਰਾ ਗੁਰਪਾਲ, ਕਿਊਟ ਐਕਟਰਸ। ਅਮਰਿੰਦਰ ਗਿੱਲ, ਵੈਰੀ ਗੁੱਡ ਆਰਟਿਸਟ ਸਿੰਗਰ। ਐਮੀ ਵਿਰਕ, ਘੈਂਟ ਮੁੰਡਾ ਪਲੱਸ ਸਿੰਗਰ। ਜੱਸੀ ਗਿੱਲ, ਸੋਹਣਾ ਮੁੰਡਾ। ਪਰਮੇਸ਼ ਵਰਮਾ, ਲਾਜਵਾਬ। ਲਾਸਟ ਹਰਮਨ ਚੀਮਾ, ਲਾਜਵਾਬ।
ਲਾਜਵਾਬ ਉਹਨਾਂ ਨਾਲ ਡੂ ਇਟ ਕਰੋ ਇੱਕ ਵਾਰੀ ਸਿੰਗਲ ਟ੍ਰੈਕਸ ਜਾਂ ਫਿਲਮਾਂ ਵਿੱਚ ਗੀਤ ਗਾਉਣਾ ਮੈਨੂੰ ਦੋਨੋਂ ਵਧੀਆ ਲੱਗਦੇ ਆ ਕਿਉਂਕਿ ਜੇ ਆਪਾਂ ਸਿੰਗਲ ਦੀ ਗੱਲ ਕਰੀਏ ਮੈਂ ਸਿੰਗਲ ਕਰਦੀ ਹਾਂ ਤੇ ਉਹਦੇ ਵਿੱਚ ਮੇਰਾ ਫੇਸ ਵੀ ਆਏਗਾ ਲੇਕਿਨ ਜਿੱਦਾਂ ਮੇਰੇ ਪਹਿਲਾ ਸੌਂਗਸ ਆ ਚੁੱਕੇ ਉਹਦੇ ਮੈਨੂੰ ਪਰਫਾਰਮ ਕਰਨ ਦਾ ਮੌਕਾ ਮਿਲੇਗਾ ਮੇਰੀ ਸ਼ਕਲ ਵੀ ਦੁਨੀਆਂ ਦੇ ਸਾਹਮਣੇ ਆਏਗੀ ਹੈ ਨਾ ਅਤੇ ਉਹਦਾ ਇੱਕ ਅਲੱਗ ਐਕਸਪੀਰੀਅੰਸ ਹੁੰਦਾ ਜੋ ਪਲੇਬੈਕ ਕਰਨਾ ਹੁੰਦਾ ਮੈਨੂੰ ਬਹੁਤ ਵਧੀਆ ਲੱਗਦਾ ਪਲੇਬੈਕ ਕਿਉਂਕਿ ਇੱਕ ਮੇਰੀ ਆਵਾਜ਼ ਕਿਸੇ ਹੀਰੋਇਨ 'ਤੇ ਜਾ ਕੇ ਔਰ ਇਹ ਵੀ ਗੱਲ ਅੱਛੀ ਮੇਰੇ ਲਈ ਕਿ ਸਾਰਾ ਤਾਂ ਸੂਟ ਕਰਦੀ ਹੈ ਨੀਰੂ ਬਾਜਵਾ ਤਾਂ ਬਹੁਤ ਸੂਟ ਕੀਤੀ ਸੀ ਸੋ ਮੇਰੇ ਲਈ ਬਹੁਤ ਜ਼ਿਆਦਾ ਅੱਛੀ ਗੱਲ ਹੈ ਕਿ ਪਲੇਬੈਕ ਸਿੰਗਿੰਗ ਮੈਨੂੰ ਜ਼ਿਆਦਾ ਵਧੀਆ ਲੱਗਦੀ ਹੈ ਹੁਣ ਚਲੋ ਲੌਂਗ ਲਾਚੀ ਵੀ ਤੁਸੀਂ ਲੌਂਗ ਲਾਚੀ ਗੀਤ ਵਿੱਚ ਗੀਤ ਗਾ ਲਿਆ ਹੈ ਨਾ ਅਤੇ ਕੀ ਕਹਿੰਦੇ ਹੈ 28 ਕਿੱਲੇ ਗੀਤ ਗਾਇਆ ਪੁਰਾਣੇ ਫਿਲਮ ਪੁਰਾਣਾ ਨਹੀਂ ਐਕਚੁਅਲੀ ਲਾਵਾਂ ਫੇਰੇ ਗੀਤ ਵਿੱਚ ਹੁਣ ਇਸ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਫਿਲਮਾਂ ਵਿੱਚ ਗੀਤ ਆ ਰਿਹਾ ਤੁਹਾਡੇ ਮਤਲਬ ਹੋਰ ਵੀ ਫਿਲਮਾਂ 'ਚ ਆਉਣਗੇ ਕਿ ਸਿੰਗਲ ਟਰੈਕ ਜ਼ਿਆਦਾ ਆਉਣਗੇ ਹਾਂਜੀ ਹੁਣੇ ਦੱਸ ਦੇਵਾਂ ਕਿ ਨਾ ਦੱਸਾਂ ਤੁਹਾਡੀ ਮਰਜ਼ੀ ਕੁਝ ਚੀਜ਼ਾਂ ਨੂੰ ਸਰਪ੍ਰਾਈਜ਼ ਰਹਿਣ ਦੇਣਾ ਸਰਪ੍ਰਾਈਜ਼ ਚਲੋ ਇਹ ਦੱਸ ਦਿਓ ਕਿ ਫਿਲਮਾਂ ਵਿੱਚ ਤੁਹਾਡੇ ਜ਼ਿਆਦਾ ਆਉਣਗੇ ਕਿ ਸਿੰਗਲ ਟਰੈਕਸ ਮੇਰੇ ਫਿਲਹਾਲ ਜ਼ਿਆਦਾਤਰ ਫਿਲਮਾਂ ਦੇ ਵਿੱਚ ਆਉਣਗੇ ਕਿਉਂਕਿ ਮੈਂ ਕਾਫੀ ਕੁਛ ਕਰ ਚੁੱਕੀ ਹੋਈ ਹਾਂ ਗਾ ਚੁੱਕੀ ਹੋਈ ਹਾਂ ਸੋ ਬਹੁਤ ਅੱਛੇ ਲੌਂਗ ਲਾਚੀ ਦੀ ਤਰ੍ਹਾਂ ਹੀ ਸਾਰੇ ਉਹਨਾਂ ਨੂੰ ਪਿਆਰ ਦੇਣਗੇ ਇੰਨਾ ਵਿਸ਼ਵਾਸ ਹੈ ਮੈਨੂੰ ਆਪਣੀ ਆਡੀਅੰਸ ਅਤੇ ਆਪਣੇ ਸ਼ਰੋਤਿਆਂ 'ਤੇ ਸੋ ਬਹੁਤ ਵਧੀਆ ਵਧੀਆ ਚੀਜ਼ਾਂ ਪਲੱਸ ਉਹਦੇ ਨਾਲ ਸਿੰਗਲ ਵੀ ਕਰ ਰਹੇ ਹਾਂ ਸਿੰਗਲ ਵੀ ਕਰਾਂਗੇ ਬਹੁਤ ਜਲਦੀ ਜੀ ਅਤੇ ਹੁਣ ਸਿੰਗਿੰਗ ਤੋਂ ਇਲਾਵਾ ਕੋਈ ਹੋਰ ਸ਼ੌਂਕ ਹੈਗਾ ਤੁਹਾਡੀ ਲਾਈਫ ਦੇ ਵਿੱਚ ਕਿ ਤੁਸੀਂ ਇਹ ਵੀ ਹੁਣ ਜ਼ਰੂਰ ਕਰਨਾ ਹੈ ਉਹਦੇ ਨਾਲ ਸ਼ੌਂਕ ਤਾਂ ਬਥੇਰੇ ਹੁੰਦੇ ਆ ਵੈਸੇ ਲਾਈਕ ਮੈਨੂੰ ਜ਼ਿਆਦਾਤਰ ਹੁੰਦਾ ਕਿ ਬਸ ਜਿਹੜਾ ਟਾਈਮ ਮਿਲਦਾ ਨਾ ਅਤੇ ਉਹ ਫੈਮਿਲੀ ਦੇ ਨਾਲ ਕਿਤੇ ਘੁੰਮ ਫਿਰ ਲਓ ਜ਼ਿਆਦਾ ਅੱਛਾ ਲੱਗਦਾ ਕਿਉਂਕਿ ਫੈਮਿਲੀ ਤੋਂ ਬਹੁਤ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ ਸਾਡੇ ਕੋਲ ਇਹਦੇ ਕੋਲ ਟਾਈਮ ਹੈ ਨਹੀਂ ਸਾਡੇ ਵਾਸਤੇ ਸੋ ਮੈਂ ਇਹ ਚਾਹੁੰਦੀ ਹੁੰਦੀ ਹਾਂ ਕਿ ਜ਼ਿਆਦਾਤਰ ਟਾਈਮ ਮੈਂ ਜਦੋਂ ਮੈਨੂੰ ਬਹੁਤ ਵਾਰ ਆਹ ਕੁਐਸਚਨ ਪੁੱਛਦੇ ਰਹਿੰਦੇ ਆ ਬਟ ਸੀਰੀਅਸਲੀ ਮੈਂ ਸੋਚਿਆ ਨਹੀਂ ਇਹਦੇ ਬਾਰੇ ਹੈ ਨਾ ਓਨੈਸਟਲੀ ਮੈਂ ਮੇਰਾ ਹਾਲੇ ਸਿਰਫ ਮੇਰਾ ਫੋਕਸ ਸਿੰਗਿੰਗ 'ਤੇ ਆਇਆ ਕਿਉਂਕਿ ਪਰਮਾਤਮਾ ਨੇ ਮੈਨੂੰ ਇੱਕ ਅੱਛੀ ਵੋਕਲ ਦਿੱਤੀ ਹੈ ਸਾਰੇ ਉਹਨੂੰ ਪਿਆਰ ਕਰਦੇ ਆ ਹੈ ਨਾ ਲਾਈਕ ਕਰਦੇ ਆ ਸੋ ਉਹਦੇ ਵੱਲ ਹੀ ਮੇਰਾ ਫੋਕਸ ਟੋਟਲ ਉਹਦੇ ਵੱਲ ਹੀ ਹੈ ਸਟਿਲ ਅਤੇ ਬਾਅਦ ਵਿੱਚ ਪਤਾ ਨਹੀਂ ਕੁਛ ਕਰ ਸਕਦਾ ਹੈ ਨਾ ਅਤੇ ਇਸ ਦੇ ਨਾਲ ਹੀ ਮੰਨਤ ਜੀ ਤੁਹਾਡੇ ਨਾਲ ਕੱਲ ਕਰਕੇ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਥੈਂਕ ਯੂ ਅਤੇ ਤੁਹਾਨੂੰ ਆਲ ਦਾ ਬੈਸਟ ਤੁਹਾਡੇ ਸਾਰੇ ਫਿਊਚਰ ਪ੍ਰੋਜੈਕਟਸ ਲਈ ਅਤੇ ਅਸੀਂ ਤੁਹਾਨੂੰ ਹੋਰ ਸੁਣਨਾ ਚਾਹੁੰਦੇ ਹਾਂ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਪਰ ਜਾਣ ਤੋਂ ਪਹਿਲਾਂ ਲੋਗੋ ਪੁੱਛਦੇ ਜੋ ਤੁਹਾਡੇ ਨਾਲ ਅੰਮ੍ਰਿਤ ਮਾਨ ਜੀ ਦਾ ਗਾਣਾ ਆਇਆ ਸੀਗਾ ਤੇ ਉਹ ਜ਼ਰੂਰ ਹੋ ਜਾਵੇ ਹਾਂਜੀ ਉਹ ਮੈਨੂੰ ਵੈਸੇ ਨਾ ਉਹ ਮੁੱਛਾਂ ਨਿਕਾਲਾਂ ਦੀ ਉਹ ਹਵਾ ਹੁਣ ਦੇ ਤੂੰ ਜੱਟਾ ਮੁੱਛ ਮੋੜਨਾ ਬੇਗੀ ਪਾਣ ਦੀ ਨਾ ਦੁੱਕੀਆਂ ਨੂੰ ਜੋੜਨਾ ਜਿਹੜੇ ਬਣਦੇ ਸਟੱਡ ਸੁਣ ਮੱਖਣਾ ਮੇਰੇ ਬੈਠਣੇ ਨੂੰ ਬਾਰ ਬਾਰ ਚੇਰ ਪੁੱਛਦੇ ਲੈ 150 ਦੇ 3 ਜੋਣ ਜੋਗਿਆ ਮੁੱਲ ਵਿਕਦੇ ਬਾਜ਼ਾਰੀ ਲੋਗੋ ਤੇਰੀ ਮੁੱਛ ਦੇ ਲੈ 150 ਦੇ 3 ਜੋਣ ਜੋਗਿਆ ਮੁੱਲ ਵਿਕਦੇ ਬਾਜ਼ਾਰੀ ਲੋਗੋ ਤੇਰੀ ਮੁੱਛ ਦੇ ਬਹੁਤ ਜ਼ਿਆਦਾ ਵਧੀਆ ਤੇ ਅਸੀਂ ਤੁਹਾਨੂੰ ਹੋਰ ਸੁਣਨਾ ਚਾਹੁੰਦੇ ਹਾਂ ਤਾਂ ਜਲਦੀ ਜਲਦੀ ਆਪਣੇ ਸਾਰੇ ਗੀਤ ਕੱਢੋ ਕਿਉਂਕਿ ਦਰਸ਼ਕਾਂ ਨੂੰ ਲੌਂਗ ਲਾਚੀ ਤੋਂ ਬਾਅਦ ਬਹੁਤ ਇੰਤਜ਼ਾਰ ਹੈ ਤੁਹਾਡੇ ਗੀਤਾਂ ਦਾ ਨਹੀਂ ਬਹੁਤ ਜਲਦੀ ਹੁਣ ਬਹੁਤ ਅੱਛੇ ਅੱਛੇ ਸੌਂਗਸ ਆਉਣਗੇ ਮੈਨੂੰ ਉਮੀਦ ਹੈ ਸਾਰਿਆਂ ਤੋਂ ਕਿ ਬਹੁਤ ਜ਼ਿਆਦਾ ਲਾਈਕ ਕਰਨਗੇ ਜੀ ਥੈਂਕ ਯੂ ਸੋ ਮੱਚ ਮੰਨਤ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਥੈਂਕ ਯੂ ਸੋ ਮੱਚ ਥੈਂਕ ਯੂ ਤੇ ਮਿਲਦੇ ਹਾਂ ਅਗਲੇ ਹਫ਼ਤੇ ਕੁਝ ਹੋਰ ਨਵੇਂ ਸੈਲੀਬ੍ਰਿਟੀਜ਼ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ